स्कोरर स्कोर दसी भाई 10-5 10-5 वीरे 10 पॉइंट लाल भाई 5 पॉइंट पनिहारी सवेरे जुड़न गए हूं वेखी तो एक मिनट इन दूरी पर लावे सही हो गए कोई चक्कर नहीं ਨੇਕੋ ਪੜ ਲੱਗੀ ਪਟਿਆਲੇ ਆ ਗੰਗਾ ਨਗਰ ਕਿਹੜਾ ਬੀਏ ਨਹੀਂ ਹੁੰਦੀ ਆ ਗੰਗਾ ਨਗਰ ਕਿਹੜਾ ਬੀਏ ਨਹੀਂ ਹੁੰਦੀ ਕਿ ਰੱਬ ਜਿੱਡਾ ਸੀ ਮਾਨ ਤੋਂ ਪੱਖੋਂ ਹੌਲੇ ਕਰ ਗਈ ਨੀ ਯਾਰ ਹੋ ਗਏ ਬਦਨਾਮ ਤੇਰੀ ਤਾਂ ਗੁੱਡੀ ਚੜ ਗਈ ਨੀ ਨਸ਼ਿਆਂ ਵਿੱਚ ਸੁੱਕ ਚੱਲਿਆ ਮੁੰਡਾ ਸ਼ਾਂਤੀ ਸੀ ਗੁੰਦੀ ਨੇਕੋ ਪੜ ਲੱਗੀ ਪਟਿਆਲੇ ਆ ਗੰਗਾ ਨਗਰ ਕਿਹੜਾ ਬੀਏ ਨਹੀਂ ਹੁੰਦੀ ਗੰਗਾ ਨਗਰ ਕਿਹੜਾ ਬੀਏ ਨਹੀਂ ਹੁੰਦੀ ਅੱਗੇ ਜਦੋਂ ਰੀਚਾਰਜ ਤੇ ਰੀਚਾਰਜ ਕਰਵਾਉਂਦਾ ਸੀ ਮਲਕਾਣੇ ਵਾਲਾ ਬਵਨ ਉਦੋਂ ਤੈਨੂੰ ਬੜਾ ਹੀ ਭੁੱਲਦਾ ਸੀ ਤੇਰੇ ਪੂਲ ਦਾ ਰਿਹਾ ਸ਼ੌਕ ਤੇ ਮਾਸਟਰ ਨੂੰ ਲਾਉਂਦਾ ਰਿਹਾ ਕੁੰਡੀ ਤੇ ਤੂੰ ਪੜਨ ਲੱਗੀ ਪਟਿਆਲੇ ਆ ਗੰਗਾ ਨਗਰ ਕਿਹੜਾ ਬੀਏ ਨਹੀਂ ਹੁੰਦੀ ਐਨ ਕਿਹੜਾ ਬੀਏ ਨਹੀਂ ਹੁੰਦੀ ਗੱਲਾਂ ਸਿਰੇ ਆ ਬਾਈ ਬਬਲੂ ਐਨ ਕਹਿੰਦੀ ਗੱਲਾਂ ਸਿਰੇ ਆ ਉਹ ਨੰਬਰ ਡਬਲ ਇੱਕ ਹੋ ਗਿਆ ਮੈਨੂੰ ਲੱਗਦਾ ਬਾਈ 11 ਹੋ ਗਏ 11 ਪੁਆਇੰਟ ਹੋ ਗਏ ਉਰੇ ਲਾਲ ਬਾਈ ਦੇ ਜਿੱਤੇ 11 ਰਾਜਪਾਲ ਕਰ ਦੋ ਸ਼ੇਅਰ ਕਰ ਦੋ ਵੀਰੇ ਇਹਨਾਂ ਨੂੰ ਵਧੀਆ ਮੈਚ ਪੈਂਦਾ ਜਾਂਦਾ 5 ਪੁਆਇੰਟਾਂ ਦਾ ਫਰਕ ਪੈ ਗਿਆ ਜੇ ਇੱਥੋਂ ਇੱਕ ਦੋ ਨੰਬਰ ਹੋਰ ਜੁੜ ਗਏ ਨਾ ਤੇ ਕਹਾਣੀ ਉਲਟ ਫੇਰ ਨਾ ਹੋ ਜੇ ਉਹ ਵਾਟਾਂ ਬਹੁਤ ਕੱਢ ਕੇ ਆਇਆ ਉਹ ਵਾਟਾਂ ਬਹੁਤ ਕੱਢ ਕੇ ਆਇਆ ਫਿਰ ਪਿੰਡ ਬਹੁਤ ਦੂਰ ਲੱਗਣਾ ਤੈਨੂੰ ਫਿਰ ਦਾ ਤੂੰ ਰਾਜਸਥਾਨ ਚ ਹੈ ਤੇ ਘੱਟੋ ਘੱਟ 200 ਕਿਲੋਮੀਟਰ ਜਾਣਾ ਹਜੇ ਤੂੰ ਆਜੋ ਵੀਰੇ ਆਜੋ ਜਿਹੜੇ ਰਾਜਸਥਾਨ ਸਪੋਰਟਸ ਲਾਈਵ ਨਾਲ ਜੁੜੇ ਸੀਗੇ ਆਪਣੇ ਇਸ ਪੇਜ ਤੇ ਆਜੋ ਵੀਰੇ ਫੇਰ ਰੱਖਣੀ ਹੈ ਪਰ ਅੱਗੇ ਵੀ ਉਹ ਕਹਿੰਦੇ ਐਨ ਜੱਟ ਖੜੇ ਐ ਬੜੇ ਵੀ ਕਹਿੰਦੇ ਉਹ ਐ ਜਿਹੜੇ ਕਹਿੰਦੇ ਵਾਲ ਨਹੀਂ ਡਿੱਗਣ ਦਿੰਦੇ ਉਹ ਕਾਸ਼ੀ ਐ ਉਹ ਕਾਸ਼ੀ ਖੜਾ ਕਹਿੰਦੇ ਤਿੰਨਾ ਟਾਈਮ ਇਹ ਖੜਾ ਨਾ ਉਹ ਮੈਚ ਕੁਛ ਵੀ ਹੋ ਸਕਦਾ ਆਹ ਜੱਸਾ ਜੱਟ ਐ ਉਹ ਇਹਨੂੰ ਵਾਲਾਂ ਨਾਲ ਖੜਾਓਏ ਇਹ ਜੇ ਟੱਪੇ ਪਾਉਣ ਤੇ ਆ ਗਿਆ ਨਾ ਚਲੋ ਨੌਜਵਾਨ ਕਰ ਰਹੇ ਕਲਾਸੇ ਕਿੰਦੇ ਨੇ ਸਰਵੇ ਕਰਦੀ ਹੈ ਬਹੁਤ ਹੀ ਵਧੀਆ ਖਿਲਾੜੀ ਹੈ ਕਿੰਦਾ ਕਹਿੰਦਾ ਜੁੱਤੀਆਂ ਤਾਂ ਵਿਚਾਰੀਆਂ ਜੁੱਤੀਆਂ ਨੇ ਜੁੱਤੀਆਂ ਦਾ ਕੀ ਹੈ ਕਈ ਮੀਲ ਸਫ਼ਰ ਗੁਜ਼ਾਰ ਦੀਆਂ ਜੁੱਤੀਆਂ ਗਰਮੀ ਤੇ ਸਰਦੀ ਨੂੰ ਪੈਰਾਂ ਤੋਂ ਬਚਾਉਂਦੀਆਂ ਨੇ ਜੁੱਤੀਆਂ ਅਕੇ ਲੁੱਚਾ ਲਫੰਗਾ ਜਦ ਕੁੜੀਆਂ ਨੂੰ ਛੇੜਦਾ ਝੱਟਦੇ ਨੇ ਪੈਰਾਂ ਤੋਂ ਉਤਾਰਦੀਆਂ ਜੁੱਤੀਆਂ ਅਖੇ ਖਾਣ ਵਾਲਾ ਜਾਣਦਾ ਜਾਂ ਮਾਰਨ ਵਾਲਾ ਜਾਣਦਾ ਮਾੜਾ ਚੰਗਾ ਕੁਝ ਨਹੀਂ ਵਿਚਾਰਦੀਆਂ ਜੁੱਤੀਆਂ ਲੀਡਰਾਂ ਨੂੰ ਜ਼ਿੰਦਗੀ 'ਚ ਕਦੇ ਕਦੇ ਪੈਂਦੀਆਂ ਲੋਕਾਂ ਸਿਰ ਸਦਾ ਸਰਕਾਰ ਦੀਆਂ ਜੁੱਤੀਆਂ ਮੰਦਰ ਮਸਜਿਦ ਅਤੇ ਗੁਰਦੁਆਰੇ ਮੂਹਰੇ ਲਾ ਕੇ ਸਿਰ ਉੱਤੇ ਚੱਕੀ ਫਿਰਦੇ ਹੋ ਹੰਕਾਰ ਦੀਆਂ ਜੁੱਤੀਆਂ ਵੀ ਮੈਂ ਏ ਸੀ ਲਾਤਾ ਮੈਂ ਕੂਲਰ ਲਾਤਾ ਵੀ ਬੰਦੇ 'ਚ ਮੈਂ ਨਹੀਂ ਜਾਂਦੀ ਅਖੇ ਮੰਦਰ ਮਸਜਿਦਾਂ ਮੂਹਰੇ ਲਾ ਕੇ ਚੱਕੀ ਫਿਰਦੇ ਨੂੰ ਸਿਰ ਉੱਤੇ ਹੰਕਾਰ ਦੀਆਂ ਜੁੱਤੀਆਂ ਪਰ ਸਹੁੰ ਰੱਬ ਦੀ ਅੱਜ ਵੀ ਬੜਾ ਚੇਤੇ ਆਉਂਦੀਆਂ ਬੇਬੇ ਬਾਪੂ ਮਾਰੀਆਂ ਪਿਆਰ ਦੀਆਂ ਜੁੱਤੀਆਂ ਬੇਬੇ ਬਾਪੂ ਮਾਰੀਆਂ ਪਿਆਰ ਦੀਆਂ ਜੁੱਤੀਆਂ ਐਨ ਕਹਿੰਦੇ ਗੱਲ ਸਿਰੇ ਹੈ ਉਹ ਗੱਲ ਸਿਰੇ ਨੰਬਰ ਕਹਿੰਦੇ 12 ਹੋ ਗਏ ਹੈ ਉਹ 12 ਤੇ 5 ਹੈ ਉਹ ਰਾਜਪਾਲ ਸਮਝਾ ਲਾ ਹਜੇ ਵੀ ਟਾਈਮ ਬਹੁਤ ਹੈ ਫਰਕ ਵੱਡਾ ਹੈ ਉਹ ਫਰਕ ਵੱਡਾ ਪੈ ਗਿਆ ਰਾਜਪਾਲ ਕਰਦਾ ਟਰਾਈ ਪਰ ਇਹ ਪੋਲੇ ਪੈ ਨਹੀਂ ਮੰਨਦੇ ਉਹ ਰਾਜਸਥਾਨ ਵਾਲੇ ਐਨ ਸਿਰੇ ਦੇ ਮੈਚ ਹੈ ਉਧਰਲੇ ਪਾਸੋਂ ਕਹਿੰਦੇ ਅੰਮ੍ਰਿਤ ਵੇਲਾ ਵੀ ਆਉਣ ਵਾਲਾ ਹੈ ਇਧਰਲੇ ਪਾਸੇ ਨਿੱਕਾ ਜਿਹਾ ਬੱਚਾ ਵੀ ਮੇਰੇ ਕੋਲ ਖੜਾ ਨਜ਼ਾਰੇ ਲੈ ਰਿਹਾ ਇਹ ਵੀ ਕਹਿੰਦੇ ਨਵਾਂ ਪੂਰੀ ਰਾਤ ਹੀ ਡਬਾਤੀ ਪਤੰਦਰ ਨੇ ਅਖੇ ਭਿੱਜ ਗਈਆਂ ਨਨਾਨੇ ਪੂਣੀਆਂ ਨਾਲੇ ਬਾਹਰੇ ਭਿੱਜ ਗਏ ਚਰਖੇ ਜਿਹੜੇ ਚਰਖੇ ਬਾਹਰ ਭਿੱਜ ਗਏ ਨਾ ਉਹਨਾਂ ਦਾ ਤਾਂ ਪਤਾ ਹੈ ਤੇ ਜਿਹੜੇ ਚਰਖਿਆਂ ਤੇ ਭਾਈ ਮਹਤਾਬ ਸਿੰਘ ਨੂੰ ਚਾੜਿਆ ਗਿਆ ਸੀ ਉਹ ਚਰਖੇ ਆਪਣੀ ਕੌਮ ਭੁੱਲਦੀ ਜਾਂਦੀ ਹੈ ਉਹ ਤਾੜੀ ਮਾਰ ਦਿਓ ਬਾਈ ਡਿਫੈਂਸ ਦੇ ਨਾਂ ਤੇ ਤਾੜੀ ਮਾਰ ਦਿਓ ਬਾਈ ਉਹ ਤਾੜੀ ਤੂੜੀ ਕਿਉਂ ਨਹੀਂ ਮਾਰਦੇ ਡਿਗ ਡਿਗ ਵਾਲਾ ਮੋੜੀ ਆਉਂਦੇ ਇਧਰੋਂ ਲਾਲ ਬਈ ਵਾਲੇ ਉਹ ਤਾੜੀ ਮਾਰ ਦਿਆ ਕਰੋ
ਬਈ ਕਿਉਂ ਜਿੰਨਾ ਕੰਮ ਕਰਦੀ ਹੈ ਕਿਉਂ ਜਿੰਨਾ ਕੰਮ ਕਰਦੀ ਹੈ ਇਧਰਲੇ ਪਾਸੇ ਮੁੰਡਾ ਕਿੰਦਾ ਹੈ ਇਹ ਕਹਿੰਦੇ ਸਟਾਰ ਹੈ ਲਾਲ ਬਾਈ ਦਾ ਇਧਰਲੇ ਪਾਸੇ ਚੱਲਦਾ ਮੈਚ ਬਾਲ ਕਹਿੰਦੇ ਐਨ ਸੌ ਬੱਲੇ ਕਿੰਦਾ ਬਾਲਾ ਦੇ ਬਾਲਾ ਮੋੜੀ ਆਉਂਦਾ ਕਿੰਦਿਆ ਬੱਲੇ ਇੱਥੇ ਡਿਫੈਂਸ ਯਾਰ ਬਾਈ ਤੇਰਾ ਉਹ ਸੱਤ ਵੱਜ ਗਈ ਹੈ ਸੱਤ ਲਗਾਤਾਰ ਸੱਤ ਤਾੜੀ ਮਾਰ ਦੋਨੇ ਪਾਸੇ ਕਹਿੰਦੇ ਤੇਰੇ ਰੇਬਲੇ ਹੈ ਇੱਕ ਪਾਸੇ ਕਹਿੰਦੇ ਬਾਲਾਂ ਨਾਲ ਦੂਜੇ ਪਾਸੇ ਕਹਿੰਦੇ ਡਿਫੈਂਸ ਕਰਦੀ ਹੈ ਹਜੇ ਵੀ ਕਹਿੰਦੇ 12-5 ਦੀ ਟੱਕਰ ਹੈ ਉਹ ਨੰਬਰ ਕਹਿੰਦੇ ਕਿਸੇ ਪਾਸੇ ਵਧਿਆ ਨਹੀਂ ਉਹ ਕੋਲੇ ਵਾਰੀ ਨਹੀਂ ਵਧਣਾ ਇਹ ਕਿਸੇ ਗੱਲ ਕਰਕੇ ਜੁੜਨਾ ਹੈ ਆਏ ਨਹੀਂ ਜੋੜਨ ਦਿੰਦੇ ਉਹ ਬੰਦੇ ਉਹ ਟਰਾਈ ਵੱਡੀ ਕਰਦੇ ਆ ਕਹਿੰਦੇ ਉਹ ਟਰਾਈ ਵੱਡੀ ਕਰਦੇ ਆ ਲੈ ਵੀ ਜੱਸਿਆ ਬਾਲ ਬੂਲ ਲਾਉਣੀ ਪੈਣੀ ਹੈ ਉਹ ਬਾਲ ਲਾਉਣੀ ਪੈਣੀ ਹੈ ਫੇਰ ਨੰਬਰ ਵਨ ਇਧਰਲੇ ਪਾਸੇ ਗਰਾਊਂਡ ਨੰਬਰ 1 ਦੇ ਵਿੱਚ ਇਹਨਾਂ ਮੈਚ ਚੱਲ ਰਿਹਾ ਹੈ ਲਾਲ ਬਾਈ ਰੰਧਾਵਾ ਤੇ ਲਾਡੀ ਹੋਣਾ ਦਾ ਮੈਚ ਹੈ ਗੁਰੂ ਸਿੰਘ ਯੋਧੇ ਵਾਲਿਆਂ ਦਾ ਵੱਡਾ ਮਾਣਾ ਲਾਲ ਬਾਈ ਦੀਆਂ ਦੋਵਾਂ ਟੀਮਾਂ ਆਏ ਨੇ ਦੋਵੇਂ ਗਰਾਊਂਡਾਂ 'ਚ ਖੇਡੀ ਜਾਂਦੀਆਂ ਇੱਕ ਪਾਸੇ ਲਾਲ ਬਾਈ ਰੰਧਾਵਾ ਅਤੇ ਦੂਜੇ ਪਾਸੇ ਲਾਲ ਬਾਈ ਸੁਖਦੀਪ ਇਹ ਆਸ਼ਵ ਗਰਾਊਂਡ ਨੰਬਰ 1 'ਚ ਅਗਲਾ ਮੈਚ ਫਿਰ ਤਿਆਰ ਕਰਨੀ ਦੋ ਵਾਲੇ ਤਾਂ ਹੋਰ ਕਹਾਣੀ ਬਣਾਉਣਗੇ ਲੱਗਦਾ ਟਾਈਮ ਆਊਟ ਲੈ ਰੱਖਿਆ ਸੱਜੇ ਪਾਸੇ ਗਰਾਊਂਡ ਦੇ ਵਿੱਚ ਐਨ ਕਹਿੰਦੇ ਪਾਣੀ ਪੂਣੀ ਪੀ ਕੇ ਦੂਰੀਆਂ ਲੱਗਾਂਗੇ ਐਨ ਸੋਹਣਾ ਮੁਕਾਬਲਾ ਚੱਲਦਾ ਹੋਇਆ ਅੱਗੇ ਦਿਨ ਚੜ੍ਹਨ ਵਾਲਾ ਇੱਧਰਲੇ ਪਾਸੇ ਸਵੇਰ ਚੜ੍ਹਨ ਵਾਲੀ ਹੈ ਪੰਜਾਂ ਸਿੰਘਾਂ ਦਾ ਮੰਨ ਕੇ ਹੁਕਮ ਫਿਰੋ ਚਮਕੌਰ ਦੀ ਕੜੀ ਚੱਲ ਛੱਡ ਚੱਲਿਆ ਸ਼ੇਰ ਦੇਖੋ ਘੇਰ ਸਕਦਾ ਤਾਂ ਕੋਈ ਘੇਰ ਦੇਖੋ ਕੋਈ ਮਾਰੇ ਤਾੜੀਆਂ ਆ ਕੇ ਦਹਾੜ ਮਾਰ ਕੇ ਕੋਈ ਬੱਬਰ ਸ਼ੇਰ ਦੇਖੋ ਮਾਛੀ ਵਾਲੇ ਦੇ ਜੰਗਲਾਂ 'ਚ ਜਾ ਦਿੱਤਾ ਸਿੱਖ ਕੌਮ ਦਾ ਬਾਪ ਦਲੇਰ ਦੇਖੋ ਜਾਨਵਰ ਪੰਛੀ ਕੋਲ ਆਣ ਬਹਿ ਗਏ ਜਦ ਚੜੀ ਬਬੜੂਗਾ ਅਗਲੀ ਸਵੇਰ ਦੇਖੋ ਜਦ ਚੜੀ ਅਗਲੀ ਸਵੇਰ ਦੇਖੋ ਐਨ ਕਹਿੰਦੇ ਵਕਤ 4 ਵਜੇ ਦਾ ਹੋਣ ਵਾਲਾ ਹੈ ਐਨ ਵਕਤ ਕਹਿੰਦੇ 4 ਵਜੇ ਦਾ ਹੋਣ ਵਾਲਾ ਹੈ ਉਹ 5 ਤੇ ਕਹਿੰਦੇ 12 ਟੱਕਰ ਹੈ ਉਹ ਟਾਈਮ ਵੀ ਕਹਿੰਦੇ 4 ਵੱਜ ਗਏ ਹੈ ਹਜੇ ਪਰ ਕੁਆਟਰ ਫਾਈਨਲ ਮੁਕਾਬਲੇ ਚੱਲੀ ਜਾਂਦੇ ਹੈ ਹਜੇ ਸੈਮੀ ਹੁੰਦੇ ਹੈ ਉਹ ਸੈਮੀ ਤੋਂ ਬਾਅਦ ਫਿਰ ਜਾ ਕੇ ਫਾਈਨਲ 'ਚ ਗੱਲਾਂ ਹੋਣੀਆਂ ਕਿ ਕਿਹੜੀ ਟੀਮ ਫਾਈਨਲ 'ਚ ਪ੍ਰਵੇਸ਼ ਕਰੇਗੀ ਸੈਮੀ ਖਾਟਾਂ ਦੀ ਟੀਮ ਹੈ ਜਿਹੜੀ ਪ੍ਰਵੇਸ਼ ਕਰ ਗਈ ਹੈ ਉਹ ਖਾਟਾਂ ਦੀ ਟੀਮ ਕਹਿੰਦੇ ਸੈਮੀ 'ਚ ਪ੍ਰਵੇਸ਼ ਕਰ ਗਈ ਹੈ ਬਹੁਤ ਹੀ ਸਿਰੇ ਦਾ ਮੁਕਾਬਲਾ ਚੱਲਦਾ ਹੋਇਆ ਦੋਵੇਂ ਟੀਮਾਂ 'ਚ ਇੱਧਰਲੇ ਪਾਸੇ ਕਹਿੰਦੇ ਪੰਡਿਹਾਰੀ ਵਾਲੇ ਮੁੰਡੇ ਹੈ ਅਤੇ ਲਾਲ ਬਾਈ ਵਾਲੇ ਨੇ ਪੂਰੀ ਕਹਿੰਦੇ ਗੋਛਣਾ ਬੜਤ ਬਣਾਈ ਹੋਈ ਹੈ ਮੈਚ 'ਤੇ ਵੇਖੋ ਕੀ ਬਣਦਾ ਹੈ ਕਿਹੜੀ ਟੀਮ ਨੇ ਜਿੱਤਣਾ ਅਤੇ ਕਿਹੜੀ ਵਿੱਚ ਕੱਟਿਆ ਜਾਣਾ ਹੈ ਅਤੇ ਐਨ ਬਾਲਾਂ ਕਹਿੰਦੇ ਸਿਰਾ ਹੀ ਹੈ ਜੱਸਿਆ ਤੇਰੇ 'ਤੇ ਪੈਸਾ ਬਹੁਤ ਲੱਗ ਗਿਆ ਬਾਲਾਂ ਘੱਟ ਵੱਜੀਆਂ ਇੱਥੇ ਰੱਖ ਸਵੇਰੇ ਕਹਿੰਦੇ ਮੈਂ ਧਰਤੀ ਜੋ ਵਾਲ ਕੱਢ ਲਿਆ ਉਹ ਮਾਣ ਕਰਦਾ ਤੇ ਸੁਖਦੀਪ ਲਾਲ ਬਾਈ ਵਾਲਾ ਐਵੇਂ ਨਹੀਂ ਤੈਨੂੰ ਨਾਲ ਰੱਖੀ ਫਿਰਦਾ ਉਹ ਕਿਸੇ ਗੱਲ ਕਰਕੇ ਰੱਖਿਆ ਐਨ ਕਹਿੰਦੇ ਸਿਰੇ ਦੇ ਨੰਬਰ ਕੱਢਦਾ ਹਜੇ ਤਾਂ ਜੇ ਸਮੈਸ਼ ਮੂਸ਼ ਬਣ ਜੇ ਨਾ ਤੇ ਟੱਪਾ ਵਾਲਾ ਕਹਿੰਦੇ ਕਸੂਤਾ ਪਾਉਂਦਾ ਉਹ ਰਾਜਪਾਲ ਕਰਦਾ ਟਰਾਈ ਉਹ ਰਾਜਪਾਲ ਕਰਦਾ ਟਰਾਈ ਬੱਲੇ ਦੱਸੀ ਬਾਈ 12-5 ਪੁਆਇੰਟ ਹੈ ਵੀਰੇ 12 ਪੁਆਇੰਟ ਲਾਲ ਬਾਈ 5 ਪੁਆਇੰਟ ਪਨਿਹਾਰੀ ਫਿਰ ਚੇਂਜ ਹੁੰਦੇ ਆ ਥੋੜਾ ਮੈਚ ਕਰੀ ਫਿਰ ਸਟਾਰਟ ਹੋ ਗਿਆ ਇਧਰਲੇ ਪਾਸੇ ਸਰਵੇ ਫਿਰ ਚੇਂਜ ਹੋ ਗਈ ਆ ਇਧਰਲੇ ਪਾਸੇ ਕਹਿੰਦੇ
ਗੋਡੀਆਂ ਲਵਾਉਣੀਆਂ ਅੱਖਾਂ ਦੇ ਨੇ ਖੁਰਾਕ ਜੀ ਨੇ ਮੰਗਲਾ ਉਹਨਾਂ ਨੇ ਹੀ ਗੋਡੀਆਂ ਲਵਾਉਣੀਆਂ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖੁਰਾਕਾਂ ਖਾਣੀਆਂ ਉਹ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖੁਰਾਕਾਂ ਖਾਣੀਆਂ ਮੈਂ ਵੀ ਟਾਈਮ ਕਹਿੰਦੇ 4 ਵਜੇ ਦਾ ਹੋ ਗਿਆ ਅੱਗੇ ਬਾਅਦ ਕਹਿੰਦੇ ਬਾਬੇ ਨੇ ਸਟਾਰਟ ਕਰ ਦੇਣਾ ਉਹ ਕਹਿੰਦੇ ਗੁਰੂ ਘਰ ਦਾ ਸਪੀਕਰ ਬੋਲੇ ਤੇ ਤੱਕੜੀ ਨਾਨਕ ਦੀ ਉਹ 13 ਤੇਰਾਂ ਤੋਲੇ ਤੇ ਤੱਕੜੀ ਨਾਨਕ ਦੀ 13 ਤੇਰਾਂ ਤੋਲੇ ਐਨ ਕਹਿੰਦੇ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਉਹ ਦੂਜਾ ਕੁਆਟਰ ਫਾਈਨਲ ਹੈ ਉਹ ਬੱਲੇ ਰਾਜਪਾਲ ਕਰਦਾ ਟਰਾਈ ਉਹ ਬੱਲੇ ਉਹ ਕਹਿੰਦੇ ਪੀਸੀ ਨੇ ਬਾਲ ਮੂੜੀ ਹੈ ਉਹ ਪੀਸੀ ਉਹ ਰਾਜਪਾਲ ਬਾਲਾਂ ਲਾਉਣੀਆਂ ਪੈਣੀਆਂ ਇੱਧਰ 13 ਨਹੀਂ ਹੋਏ ਅਤੇ ਇਹ 6 ਨਹੀਂ ਹੋਣ ਦਿੰਦੇ ਐਂ ਗੱਲ ਨਹੀਂ ਬਾਨੀ ਉਹ ਗੱਲ ਬਣਾਉਣੀ ਪੈਣੀ ਹੈ ਐਂ ਗੱਲ ਨਹੀਂ ਬਣਦੀ ਉਹ ਗੱਲ ਬਣਾਉਣੀ ਪੈਣੀ ਉਹ ਕਰਦਾ ਟਰਾਈ ਉਹ ਬੱਲੇ ਇੱਥੇ ਉਹ ਬਾਲਾਂ ਲਾਉਣੀਆਂ ਪੈਣੀਆਂ ਉਹ ਬਾਲਾਂ ਉਹ ਬਾਲਾਂ ਉਹ ਬੱਲੇ ਉਹ ਰਾਜਪਾਲ ਉਹ ਰਾਜਪਾਲ ਐਨ ਕਹਿੰਦੇ ਸਿਰੇ ਦੀ ਗੇਮ ਹੈ ਮੁੰਡੇ ਦੀ ਉਹ ਮੁੰਡੇ ਨੂੰ ਕਹਿੰਦੇ ਕਾਰ ਨਾਲ ਸਨਮਾਨਿਤ ਕਰਨਾ ਉਹ ਗੱਡੀ ਦੇਣੀ ਹੈ ਕਹਿੰਦੇ ਉਹ ਗੱਡੀ ਉਹ ਰਾਜਪਾਲ ਉਹ ਰਾਜਪਾਲ ਉਹ ਬੱਲੇ ਇੱਧਰਲੇ ਪਾਸੇ ਕਹਿੰਦੇ ਸੈਂਟਰ 'ਚ ਜਗਦੀਪ ਹੈ ਇਹ ਆਏ ਨਹੀਂ ਬਾਲ ਖਾਂਦਾ ਇਹ ਤੇਰੇ ਨਾਲ ਖੇਡਿਆ ਹੋਇਆ ਰਾਜਪਾਲ ਇਹਨੂੰ ਤੇਰੀ ਇਕੱਲੀ ਇਕੱਲੀ ਰੱਗ ਦਾ ਪਤਾ ਇਕੱਲੀ ਇਕੱਲੀ ਰੱਗ ਦਾ ਪਤਾ ਇਹ ਤੇਰੇ ਨਾਲ ਖੇਡਿਆ ਹੋਇਆ ਉਹ ਬੱਲੇ ਪਰਲੇ ਪਾਸੇ ਕਹਿੰਦੇ ਕਾਸ਼ੀ ਹੈ ਉਹ ਕਾਸ਼ੀ ਉਹ ਜੱਸਾ ਵੀ ਕਰਦਾ ਟਰਾਈ ਜੱਸਿਆ ਬਾਲਾਂ ਲਾਉਣੀਆਂ ਪੈਣੀਆਂ ਉਹ ਬਾਲਾਂ ਲਾਉਣੀਆਂ ਪੈਣੀਆਂ ਫੇਰ ਜਾ ਕੇ ਗੱਲ ਬਣਨੀ ਹੈ ਉਹ ਫੇਰ ਜਾ ਕੇ ਗੱਲ ਬਣਨੀ ਹੈ ਐਨ ਸੋਹਣਾ ਮੈਚ ਚੱਲਦਾ ਹੈ ਕਾਫੀ ਸਮਾਂ ਹੈ ਬਾਲ ਉੱਤੇ ਹੀ ਹੈ ਦੇਖੋ ਕੀ ਬਣਦਾ ਹੈ ਕਿਹੜਾ ਪਲੇਅਰ ਸ਼ਾਟ ਲਾਉਂਦਾ ਹੈ ਡਿਫੈਂਸ ਤੇ ਹੋਈਆਂ ਦੋਵੇਂ ਟੀਮਾਂ ਇੱਧਰ ਬਾਲ ਕਹਿੰਦੇ ਮਾਰ ਬਾਈ ਸੁਖਦੀਪ ਐਂ ਖੜਪੈ 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 ਦੇਖਣਾ ਹੈ ਲੋਕ ਐਨ ਕਹਿੰਦੇ ਹੌਲੀ ਖੇਡ ਦੇਖ ਨਹੀਂ ਰਹੇ ਇਹਨਾਂ ਨੇ ਵੀ ਸਵਾਦ ਲੈਣਾ ਹੈ ਧਰਮ ਸਿੰਘ ਵਾਲੇ ਨੇ ਕਹਿੰਦੇ ਪੈਸਾ ਲਾਇਆ ਤਾਂ ਸਵਾਦ ਆਉਣਾ ਚਾਹੀਦਾ ਹੈ ਸਵਾਦ ਆਉਣਾ ਚਾਹੀਦਾ ਹੈ ਵਗੜੀ ਉਹ ਵਗੜੀ ਹੈ ਖਿਲਾ ਹੋਰ ਦੱਸੀ ਵੀਰ ਇੱਧਰੋਂ 6-12 ਦੋ ਦੀ ਦਾ ਫਰਕ ਆ ਅਜੇ ਵੀ ਨੋਟ ਨੰਬਰ 1 ਦੇ ਵਿੱਚ ਅਗਲਾ ਮੈਂ ਦੱਸ ਦਿਓ ਵੀ ਕੀ ਆਉਣਾ ਗਰਾਊਂਡ ਨੰਬਰ 1 ਤੇ ਇਧਰਲੇ ਪਾਸੇ ਕਰੀ ਫਿਰ ਮੈਚ ਸਟਾਰਟ ਹੋ ਗਿਆ ਐਂ ਕਹਿੰਦੇ ਸਿਰੇ ਦਾ ਮੁਕਾਬਲਾ ਹੈ 6-12 ਦੋਰਾ ਜਾ ਕੇ ਉਹ ਪਲੇਅਰ ਕਹਿੰਦੇ ਮੁੜ ਤੋਂ ਮੁਰਗੀ ਹੋਈ ਬੈਠੇ ਹੈ ਠੰਡੇ ਖਾਰ ਪਾਈਆਂ ਨੇ ਕਿਸਾਂ ਭਰੀਆਂ ਉਹ ਕਹਿੰਦੇ ਵਿਉਂਤਬੰਦੀ ਕਰਦੇ ਆ ਕਿਸੇ ਹਿਸਾਬ ਨਾਲ ਨੰਬਰ ਕੱਢਿਆ ਜਾਵੇ ਉਹ ਨਹੀਂ ਹਰਿਆਣੇ ਵਾਲੇ ਹੱਲ ਜਾਣਗੇ ਉਹ ਹੱਲ ਗਏ ਲੋਕੋ ਉਹ ਹੱਲ ਗਏ ਹਰਿਆਣੇ ਨਾ ਤੇ ਸੁਖਦੀਪ ਨੰਬਰ ਲੱਗ ਗਿਆ ਸੱਤਵਾਂ ਜੁੜ ਗਿਆ ਸੱਤਵਾਂ ਜੁੜ ਗਿਆ ਬਾਈ ਰਾਜਪਾਲ ਬਾਗੜੀ ਕਹਿੰਦਾ ਹਾਲੇ ਤੀਰ ਮੈਦਾਨ ਦੇ ਵਿੱਚ ਅਜੇ ਕੁਝ ਵੀ ਹੋ ਸਕਦਾ
कुछ भी हो सकता भी निकल बजे औकत होया चार सुरमे मर्द दलेर दिया अज निकले ने पुत्र शहर बन के वो जिवे निकल दिया शेर दिया भी जिवे निकल दिया शेर दिया पर रिंकू 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 मैच कहने बड़े समय तो चल रहा चलू कोई क्यों ना टीम कहने दोवे कहने चोटी दिया सिरे दिया टीम करो जोर गया पूरा लगे अपने पास फौजी फौजी डेगा भी टुटी मंजी वार बराबर बसना फौजी ने पावे बूट सड़े लत मारे भी बसना फौजी दे पावे बूट सड़े लत मारे डिसिप्लिन हमारे का मच दुद्ध देवे भावे ना दे पर डिसिप्लिन च रहनी चाहिए है लेफ्ट रिंकू मल्ले वाला है हेलो दस नंबर माल मार मार दे बागड़ी राजस्थान वाले तेरा अठ दे तेरा राजभर ला दे नंबर हूं अठ तो नौ अठ तो नौ दुनिया जानती है मल्ले वाले पिंड का बिस्तरा कट्ठा करता फौजी का बिस्तरा कट्ठा स्कोर भैया स्कोर गोल किधरों आती है गोल किधरों आती है स्कोर तेरा अठ पॉइंट है वीरे तेरा पॉइंट लाल भाई दे अठ पॉइंट पनियारी दे बाल मार ले आउट गई अरे यार मार लो नंबर लग गया भी चौदह नंबर लग गया अठ खड़ा करी हाँ ठीक है चौदह से अठ उतले पासे नंबर जरा चौदह हूं कहते पीसी आ गया सेंटर के बिच पिछे करता भी तेरे बस का रोग नहीं हूं असी संभाले भी तेरे बस का रोग नहीं सैर हूं असी विखावे भी रंग कि होंगे लै पीसी पीसी पड़ाका बड़ा बना गेंद
ਵਾਕੇ ਪੜਾਕੇ ਦੇ ਪੜਾਕੇ ਪਹਿਣਗੇ ਦੇ ਕਾਕੇ ਖਹਿਣਗੇ। ਇਹ ਗੱਲ ਵੀ ਪੱਕੀ ਹੈ ਵੀ ਪਿੰਡ ਚਿੱਟੇ ਨੇ ਚੜਾਤਾ ਸ਼ੇਰੀ ਪੁੱਤ ਨੂੰ ਕਿਹੜਾ ਲੱਭੇ ਨਾ ਸੰਦੂਕਾਂ ਵਾਲੀ ਤੋਪ ਨੂੰ ਉਹਨਾਂ ਨੂੰ ਸੁੱਖ ਦੇ ਸੰਗੇਤ ਨਹੀਂ ਜਾਪਦੇ ਉਹ ਲੱਭੇ ਹੈਡ ਹੋਣ ਦੇ ਨੂੰ ਦੇ ਪਾਰ ਨੂੰ ਮਟੋ ਤੇ ਚਾਲੀ ਸ਼ਰਮ ਦੀ ਤਾਰ ਦੀ ਬੁੱਢਾ ਕਿਆ ਖਿਲੋ ਪੀਜੇ ਓਏ ਹਲੋ ਕਾਸੀ ਨੇ ਕਾਓ ਕਾਸੀ ਨੇ ਡੱਡੂ ਪਾਈਆਂ ਦੇ ਵਿੱਚ 12 ਨੰਬਰੀ ਡੀਸੀ ਡੀਸੀ ਕਾਸੀ ਕਾਸੀ खालसे दे निशान पिंड मेरा जिथों के जवानी गल्लां भगत सिंह दीआं करदी है पिंड मेरा जिथे किले चो 11 फुटी भरदी है पिंड मेरा जिथे कहिंदे वीर सिंह 855 नूं अखां मारदी है सफारी 855 नूं अखां मारदी है सफारी आसमानी हाथ लग रहे नी चाहिए दो चीजा बंदे ने मार दिया पैर 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 से असूल कर दो नंबर का स्कोर भी आ गए 12 हो गए
ਤੇ ਇਧਰਲੇ ਪਾਸੇ ਵਾਲਾ ਚੋਰਈਆਂ ਨੇ ਲੈ ਵੀ ਗੁਲਸ਼ਨ पीसी करता ट्राई बल्ले पीसी करता ट्राई मैच फुरता मैच फुरता भाई मेरा चौदह
ਜੇ ਫੋਰ ਨਾਲ ਜੁੜ ਗਿਆ ਨਾ ਤੇ ਗੱਲ ਟਿਕਾਣੇ ਲੱਗ ਜਾਣੀ ਹੈ ਤੇ ਬਾਂਟੂ ਜੱਖਰ ਪਰ ਆ ਗਿਆ ਨਾ ਸੱਤਰਵਾ ਆਪੇ ਕਰ ਲੈਂਦਾ ਖਾਕਾਂ ਤੇ ਪੰਨੀਆਂ ਦੋ ਨੰਬਰ ਗਰਾਊਂਡ ਜਾ ਜਾਓ ਬਾਈ ਜੀ ਸਹੀ ਆ।